ਮੈਨੂੰ ਤੁਹਾਡਾ ਸਾਰਿਆਂ ਦਾ ਆਪਣਾ ਵਰਲਡ ਇਮੀਗ੍ਰੇਸ਼ਨ ਨੈਟਵਰਕ ਮੋਹਾਲੀ ਤੋਂ ਤੁਹਾਡੇ ਲਈ ਇੱਕ ਹੋਰ ਸਟੋਰੀ ਲੈ ਕੇ ਆਇਆ ਕਰਮਜੀਤ ਜੀ ਨੇ ਜੀ ਕਰਮਜੀਤ ਦੇ ਸਾਡੇ ਕੋਲ ਕੈਨੇਡਾ ਸਟੱਡੀ ਵੀਜ਼ਾ ਆ ਚੁੱਕਾ ਪਹਿਲਾਂ ਪਹਿਲਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਕਰਮਜੀਤ ਕੀ ਕਹਿਣਾ ਚਾਹੋਗੇ ਸਾਡੇ ਵੀਅਰਸ ਨੂੰ ਕੀ ਪ੍ਰੋਫਾਈਲ ਸੀਗੀ ਕਿੰਨੀ ਵਾਰ ਰਿਫਿਊਜ਼ ਸੀਗੇ ਦੱਸਿਓ ਜੀ ਮੇਰਾ ਨਾਮ ਕਰਮਜੀਤ ਸਿੰਘ ਮੈਂ ਬਠਿੰਡਾ ਤੋਂ ਇਹ ਮੇਰੀ ਪਹਿਲਾਂ 2 ਵਾਰ ਰਿਫਿਊਜ਼ ਲਾ ਚੁੱਕੇ ਹੋਰ ਜਾਣਾਂ ਤੋਂ ਇਹ ਸਰਦਾ ਮੈਂ ਇੱਕ ਵਾਰ ਟੀਵੀ ਤੇ ਸ਼ੋਅ ਦੇਖਿਆ ਸੀ ਤੇ ਸਾਨੂੰ ਇੱਕ ਵਾਰ ਵਿਜ਼ਿਟ ਕੀਤਾ ਚੰਡੀਗੜ੍ਹ ਤੇ ਇਹਨਾਂ ਨੇ ਸ਼ੋਰਟ ਸ਼ਾਰਟ ਕਿਹਾ ਸੀ ਤੁਹਾਡਾ ਵੀਜ਼ਾ ਡੈਫੀਨਿਟਲੀ ਆਊਗਾ ਤੇ ਅੱਜ ਵੀਜ਼ਾ ਮੇਰੇ ਹੱਥ ਵਿੱਚ ਹੈ ਸੋ ਮੈਂ ਸਭ ਨੂੰ ਇਹੀ ਸੁਜੈਸਟ ਕਰਦਾ ਜਿਹਨੇ 2 ਵਾਰ 4 ਵਾਰ ਰਿਫਿਊਜ਼ ਲਾ ਸਰ ਕੋਲ ਇੱਕ ਵਾਰ ਜ਼ਰੂਰ ਰਿਜ਼ਿਸਟਰ ਕਰ ਤੇ ਆਪਣਾ ਵੀਜ਼ਾ ਲਾ ਤੇ ਕਰਮ ਆਪਣੀ ਓਵਰਆਲ ਬੈਂਡ ਸਕੋਰ ਕਿੰਨੀ ਸੀਗੇ ਓਵਰਆਲ ਮੇਰੇ 6 1 ਮਿਡਲ ਟੂ 5 ਕਰਤਾ ਬਹੁਤ ਬੱਚਿਆਂ ਦਾ ਡਾਊਟ ਰਹਿੰਦਾ ਜੀ ਕਿ ਓਵਰਆਲ 6 ਆ ਗਏ ਜੀ 1 ਚ 5.5 ਆ ਗਿਆ 2 ਚ 5.5 ਆ ਗਿਆ ਤੇ 2 ਵਾਰ ਮੈਂ ਰਿਫਿਊਜ਼ ਹੋ ਚੁੱਕਿਆ ਕੰਟਰੀ ਚੇਂਜ ਕਰਨਾ ਪਰ ਪਰਿਵਾਰ ਕਿਤੇ ਨਾ ਕਿਤੇ ਸਟਲੀ ਕੈਨੇਡਾ ਹੁੰਦਾ ਹੈ ਤਾਂ ਡੋਨਟ ਘਬਰਾਉਣ ਦੀ ਲੋੜ ਨਹੀਂ ਹੈਗੀ 2 ਵਾਰ ਰਿਫਿਊਜ਼ ਹੋ ਤੁਸੀਂ 3 ਵਾਰ ਰਿਫਿਊਜ਼ ਹੋ ਕੈਨੇਡਾ ਤੁਹਾਡੇ ਓਵਰਆਲ 6 ਹੈ ਨਾਟ ਲੈਸ ਦੈਨ 5.5 1 ਚ ਹੈਗੇ 2 ਚ ਆ ਕੇ ਇੱਕ ਵਾਰ ਮੈਨੂੰ ਜ਼ਰੂਰ ਆ ਕੇ ਮਿਲੇ ਤਾਂ ਕਿ ਨੈਕਸਟ ਕਰਮਜੀਤ ਜੀ ਦਾ ਤੁਸੀਂ ਹੋ ਸਤਿ ਸ਼੍ਰੀ ਅਕਾਲ।